ਨਮਸਕਾਰ, ਸੱਚ ਕਹੋ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ। ਆਂਧਰਾ ਪ੍ਰਦੇਸ਼ ਕੇਰਲ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਪੀਐਮ ਨੇ ਕੋਚੀ ਵਿੱਚ 4,000 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਕੀਤਾ ਉਦਘਾਟਨ। ਇਸ ਦੇ ਬਾਅਦ ਸ਼ਕਤੀ ਕੇਂਦਰ ਇੰਚਾਰਜ ਸੰਮੇਲਨ ਵਿੱਚ ਹੋਏ ਸ਼ਾਮਿਲ। ਇਸ ਦਰਮਿਆਨ ਪ੍ਰਧਾਨ ਮੰਤਰੀ ਨੇ ਭਾਜਪਾ ਕਾਰਕੁਨਾਂ ਨੂੰ ਕੀਤਾ ਸੰਬੋਧਿਤ। ਬੋਲੇ, ਸਾਨੂੰ ਵੋਟਾਂ ਨੂੰ ਦੱਸਣਾ ਹੋਏਗਾ ਕਿ 10 ਸਾਲ ਪਹਿਲਾਂ ਦੇਸ਼ ਵਿੱਚ ਇੱਕ ਕਮਜ਼ੋਰ ਸਰਕਾਰ ਸੀ। ਤ੍ਰਿਣਮੂਲ ਕਾਂਗਰਸ ਆਗੂ ਮਹੁਆ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਮੁੜ ਤੋਂ ਹੋਇਆ ਜਾਰੀ। ਦੱਸਦੀ ਕਿ ਕੈਸ਼ਵਰ ਕਵੇਰੀ ਕੇਸ ਵਿੱਚ 8 ਦਸੰਬਰ 2023 ਨੂੰ ਮਹੁਆ ਦੀ ਲੋਕ ਸਭਾ ਮੈਂਬਰਸ਼ਿਪ ਕੀਤੀ ਗਈ ਸੀ ਰੱਦ। ਨੋਟਿਸ ਵਿੱਚ ਮਹੁਆ ਨੂੰ ਤੁਰੰਤ ਬੰਗਲਾ ਖਾਲੀ ਕਰਨ ਦੇ ਲਈ ਕਿਹਾ ਗਿਆ। ਆਦੇਸ਼ ਨਾ ਮੰਨਣ 'ਤੇ ਕਾਰਵਾਈ ਦੀ ਦਿੱਤੀ ਸਖ਼ਤ ਚੇਤਾਵਨੀ। ਦਿੱਲੀ ਵਿੱਚ 170 ਫਲਾਈਟਸ ਸੰਘਣੀ ਧੁੰਦ ਦੇ ਨਾਲ ਪ੍ਰਭਾਵਿਤ। ਦਿਨ ਵਿੱਚ ਜੰਮੂ ਸ਼ਿਮਲਾ ਤੋਂ ਵੀ ਠੰਡਾ ਰਿਹਾ ਪਟਨਾ। ਪੰਜਾਬ ਹਰਿਆਣਾ ਵਿੱਚ ਸ਼ੀਤ ਲਹਿਰ ਦੇ ਨਾਲ ਘਰਾਂ ਵਿੱਚ ਦੁਬਕੇ ਲੋਕ। ਮੌਸਮ ਵਿਭਾਗ ਨੇ 5 ਸੂਬਿਆਂ ਵਿੱਚ ਬਰਸਾਤ ਦਾ ਜਾਰੀ ਕੀਤਾ ਅਲਰਟ। ਵੱਧਦੀ ਠੰਡ ਦੇ ਵਿੱਚ ਲਖਨਊ ਦੇ ਵਿੱਚ 8ਵੀਂ ਤੱਕ ਦੇ ਨਿੱਜੀ ਅਤੇ ਸਰਕਾਰੀ ਸਕੂਲ ਬੰਦ ਕਰਨ ਦੇ ਆਦੇਸ਼ ਹੋਏ ਜਾਰੀ। ਭਾਰਤ ਜੋੜੋ ਨਿਆਂ ਯਾਤਰਾ ਦਾ ਚੌਥਾ ਦਿਨ ਨਾਗਾਲੈਂਡ ਵਿੱਚ ਰਾਹੁਲ ਗਾਂਧੀ ਬੋਲੇ, ਮੈਂ ਸ਼ਰਮਿੰਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨੇ 9 ਸਾਲ ਪਹਿਲਾਂ ਨਾਗਾਲੈਂਡ ਦੇ ਲੋਕਾਂ ਨੂੰ ਇੱਕ ਵਾਅਦਾ ਕੀਤਾ ਸੀ ਲੇਕਿਨ ਅੱਜ ਤੱਕ ਉਸ ਨੂੰ ਪੂਰਾ ਨਹੀਂ ਕੀਤਾ। ਰਾਹੁਲ ਗਾਂਧੀ ਬੋਲੇ, ਅਗਰ ਤੁਹਾਡੇ ਕੋਲ ਕਿਸੇ ਚੀਜ਼ ਦਾ ਹੱਲ ਨਹੀਂ ਤਾਂ ਤੁਹਾਨੂੰ ਝੂਠ ਨਹੀਂ ਬੋਲਣਾ ਚਾਹੀਦਾ। ਹਰਿਆਣਾ ਪ੍ਰਦੇਸ਼ ਕਾਂਗਰਸ ਦੀ ਸਾਬਕਾ ਪ੍ਰਦੇਸ਼ ਅਧਿਕਸ਼ ਕੁਮਾਰੀ ਸੈਲਜਾ ਦੀ ਕਾਂਗਰਸ ਸੰਦੇਸ਼ ਯਾਤਰਾ ਦਾ ਹਿਸਾਰ ਤੋਂ ਹੋਇਆ ਆਗਾਜ਼। ਨਵੀਂ ਸਬਜ਼ੀ ਮੰਡੀ ਵਿੱਚ ਪ੍ਰੋਗਰਾਮ ਵਿੱਚ ਲੋਕਾਂ ਦੀ ਉਮੜੀ ਭਾਰੀ ਭੀੜ। ਕਾਂਗਰਸ ਦੇ ਰਾਸ਼ਟਰੀ ਮਹਾਂਸਚਿਵ ਰਣਦੀਪ ਸੁਰਜੇਵਾਲਾ ਨੇ ਯਾਤਰਾ ਤੋਂ ਬਣਾਈ ਦੂਰੀ। ਦੱਸਦੀ ਕਿ ਯਾਤਰਾ ਹਿਸਾਰ ਤੋਂ ਸ਼ੁਰੂ ਹੋ ਕੇ ਸੂਬੇ ਦੇ 10 ਲੋਕ ਸਭਾ ਖੇਤਰਾਂ ਵਿੱਚ ਕਰੇਗੀ ਕਵਰ। ਈਡੀ ਦੀ ਟੀਮ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਪੁੱਛਗਿੱਛ। ਹੁੱਡਾ ਤੇ ਮੁੱਖ ਮੰਤਰੀ ਰਹਿੰਦਿਆਂ ਗੁਰੂਗ੍ਰਾਮ ਤੋਂ ਸਟੇ ਮਾਨਸਰ ਦੇ ਵਿੱਚ ਪ੍ਰਾਈਵੇਟ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਦਾ ਲੱਗਿਆ ਆਰੋਪ। ਦੱਸਦੀ ਕਿ ਇਸ ਪੂਰੇ ਮਸਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ 34 ਲੋਕਾਂ ਨੂੰ ਬਣਾਇਆ ਗਿਆ ਹੈ ਆਰੋਪੀ। ਇਸ ਵਿੱਚ ਹੁਣ ਤੱਕ ਕਰੋੜਾਂ ਦੀ ਪ੍ਰਾਪਰਟੀ ਵੀ ਕੀਤੀ ਜਾ ਚੁੱਕੀ ਹੈ ਅਟੈਚ। ਹਰਿਆਣਾ ਵਿੱਚ 7 ਦੇਸ਼ਾਂ ਵਿੱਚ ਨੌਕਰੀ ਦੀ ਭਰਤੀ ਸ਼ੁਰੂ। ਇਜ਼ਰਾਈਲ ਦੀ 13 ਮੈਂਬਰੀ ਟੀਮ ਪਹੁੰਚੀ ਭਾਰਤ। 1.37 ਲੱਖ ਤੱਕ ਮਿਲੇਗੀ ਸੈਲਰੀ। ਹਰਿਆਣਾ ਵਿੱਚ 16 ਤੋਂ 20 ਜਨਵਰੀ ਤੱਕ ਚੱਲੇਗੀ ਭਰਤੀ ਅਭਿਆਨ। ਭਰਤੀ ਵਿੱਚ ਸਿਲੈਕਟ ਹੋਣ ਵਾਲੇ ਇਜ਼ਰਾਈਲ ਸਰਕਾਰ ਹੈਲਥ ਇੰਸ਼ੋਰੈਂਸ ਦੇ ਨਾਲ ਫੂਡ ਆਵਾਜ਼ ਦੀ ਵੀ ਕੈਂਡੀਡੇਟਸ ਨੂੰ ਦੇਵੇਗੀ ਸੁਵਿਧਾ। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾਕਟਰ ਬਲਦੇਵ ਰਾਜ ਚਾਵਲਾ ਦਾ 86 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ। ਬੁੱਧਵਾਰ ਸ਼ਾਮ ਨੂੰ 5 ਵਜੇ ਕੀਤਾ ਗਿਆ ਅੰਤਿਮ ਸੰਸਕਾਰ। ਡਾਕਟਰ ਬਲਦੇਵ ਰਾਜ ਚਾਵਲਾ ਪਿਛਲੇ 3-4 ਦਿਨਾਂ ਤੋਂ ਲੁਧਿਆਣਾ ਹਸਪਤਾਲ ਵਿੱਚ ਸਨ ਭਰਤੀ। ਉਹਨਾਂ ਦੇ ਦੇਹਾਂਤ 'ਤੇ ਸਿਆਸੀ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਨੇ ਜਤਾਇਆ ਸ਼ੋਕ। ਪੰਜਾਬ ਦੇ ਜਲੰਧਰ ਵਿੱਚ 3 ਸਾਲ ਬਾਅਦ ਕੈਨੇਡਾ ਤੋਂ ਵਾਪਸ ਪਰਤੇ NRI ਨੌਜਵਾਨ ਨੂੰ ਦਿੱਲੀ ਏਅਰਪੋਰਟ 'ਤੇ ਕੀਤਾ ਗਿਆ ਗ੍ਰਿਫਤਾਰ। ਗੁਰਵਿੰਦਰ ਸਿੰਘ ਪੁੱਤਰ ਸੰਤੋਸ਼ ਸਿੰਘ ਦੇ ਰੂਪ ਵਿੱਚ ਹੋਈ ਆਰੋਪੀ ਦੀ ਪਹਿਚਾਣ। ਆਰੋਪੀ ਦੇ ਖਿਲਾਫ ਕਈ ਮਾਮਲੇ ਹਨ ਦਰਜ। ਪੁਲਿਸ ਦੇ ਮੁਤਾਬਕ ਪਿਛਲੇ 1 ਸਾਲ ਤੋਂ ਆਰੋਪੀ ਚੱਲ ਰਿਹਾ ਸੀ ਫਰਾਰ। ਪੰਜਾਬ ਦੇ ਹੁਸ਼ਿਆਰਪੁਰ ਵਿੱਚ ਪਠਾਨਕੋਟ ਹਾਈਵੇ 'ਤੇ ਖੜ੍ਹੇ ਟਰਾਲੇ ਦੇ ਨਾਲ ਘੁਸੀ ਪੁਲਿਸ ਦੀ ਬੱਸ। ਹਾਦਸੇ ਵਿੱਚ ਮਹਿਲਾ ਕਰਮੀ ਸਣੇ 3 ਪੁਲਿਸ ਕਰਮਚਾਰੀਆਂ ਦੀ ਮੌਤ, ਜਦਕਿ ਬੱਸ ਵਿੱਚ ਸਵਾਰ 15 ਕਰਮਚਾਰੀ ਹੋਏ ਜ਼ਖਮੀ। ਹਾਦਸੇ ਵਿੱਚ ਲੇਡੀ ਕਾਂਸਟੇਬਲ ਸ਼ਾਲੂ ਰਾਣਾ, ਹਰਦੇਵ ਸਿੰਘ ਅਤੇ ਬੱਸ ਡਰਾਈਵਰ ਗੁਰਪ੍ਰੀਤ ਸਿੰਘ ਦੀ ਹੋਈ ਮੌਤ। ਮੁੱਖ ਮੰਤਰੀ ਮਾਨ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਪ੍ਰਤੀ ਜਤਾਇਆ ਸ਼ੋਕ। ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ। ਜ਼ਿਆਦਾ ਖਬਰਾਂ ਵੇਖਣ ਲਈ ਯੂਟਿਊਬ 'ਤੇ ਟਾਈਪ ਕਰੋ ਸੱਚ ਕਹੋ ਪੰਜਾਬੀ ਚੈਨਲ।